ਹਾਲ ਚਾਲ ਨੇ ਸਾਰਿਆਂ ਦੇ? ਆ ਗਏ ਹਾਂ ਹੁਣ ਆਪਣਾ ਕਲਕੱਤੇ ਦੇ ਨਵੀਂ ਸਿਟੀ ਵਿੱਚ। ਕੱਲ੍ਹ ਸੀਗੇ ਕਾਲੀ ਘਾਟ ਅਤੇ ਅੱਜ ਜਾ ਰਹੇ ਹਾਂ, ਅੱਜ ਆ ਗਿਆ ਰਾਜਗੰਦਾ ਸਿਟੀ, ਅਤੇ ਹੁਣ ਐਕਸਪਲੋਰ ਕਰਦੇ ਹਾਂ ਇੱਥੇ ਕੀ ਹੈਗਾ ਆ ਅਤੇ ਕਿਵੇਂ ਇੱਥੇ ਲੋਕ ਰਹਿੰਦੇ ਆ ਆਲੇ ਦੁਆਲੇ, ਅਤੇ ਦੇਖਦੇ ਹਾਂ ਸਾਰਾ ਚੈੱਕ ਆਊਟ ਕਰਦੇ ਹਾਂ। ਅਤੇ ਜੁਆਇਨ ਕਰੋ ਮੈਨੂੰ ਅਤੇ ਆਓ ਘੁੰਮੀਏ ਅਤੇ ਘੁੰਮਾਈਏ ਅਤੇ ਦੇਖਦੇ ਹਾਂ ਆਹ ਐਵੇਂ ਦੀਆਂ ਬਿਲਡਿੰਗਾਂ ਇਹਨਾਂ ਦੀਆਂ ਬਿਲਡਿੰਗਾਂ ਤਾਂ ਚਲੋ ਕੱਲ੍ਹ ਵੀ ਆਪਾਂ ਦੇਖੀਆਂ ਸੀ, ਬਟ ਮੇਰੇ ਲਈ ਇਹ ਨਵੀਂ ਆ ਸਿਟੀ, ਇਹ ਨਵੀਂ ਸਿਟੀ, ਇਹ ਥੋੜ੍ਹਾ ਜਿਹਾ ਦੂਰ ਆ ਦੂਜੀ ਸਿਟੀ ਤੋਂ, ਕਾਲੀ ਘਾਟ ਤੋਂ ਅੱਧੇ ਕੁ ਘੰਟੇ ਦਾ ਰਾਹ ਆ। ਅਤੇ ਇੱਥੇ ਜਾਣੀ ਕਿ ਉੱਦਾਂ ਕਹਿੰਦੇ ਆ ਵੀ ਇਹ ਪੋਰਸ਼ ਏਰੀਆ ਆ, ਬਟ ਮੈਨੂੰ ਤਾਂ ਸੇਮ ਜਿਹਾ ਹੀ ਲੱਗਿਆ ਜਿਵੇਂ ਪਹਿਲਾਂ ਵਾਲਾ ਸੀਗਾ। ਆ ਪੀਲੀਆਂ ਟੈਕਸੀਆਂ ਇੱਥੇ ਇਹੋ ਜਿਹੀਆਂ ਚੱਲਦੀਆਂ ਨੇ, ਅਤੇ ਗਰਮੀ ਬਹੁਤ ਆ ਇੱਥੇ, ਇਟਸ ਟੂ ਮੱਚ ਹੋਟ ਵੈਦਰ ਹੀਅਰ। ਅਤੇ ਸ਼ਾਮ ਦੇ 4:30 ਹੋਏ ਨੇ, ਤਾਂ ਵੀ ਦੇਖ ਲਓ ਗਰਮੀ ਬਹੁਤ ਹੈ ਇੱਥੇ, ਪੁੱਛੋ ਨਾ। ਆਈ ਹੋਪ ਕਿ ਸਾਊਂਡ ਵਧੀਆ ਆ ਰਿਹਾ ਹੋਊਗਾ। ਆ ਇੱਥੇ ਇੱਕ ਨਾ ਹਰੇਕ ਬਿਲਡਿੰਗਾਂ ਦੇ ਇਹਨਾਂ ਦੇ ਆਲੇ ਦੁਆਲੇ ਆਹ ਲਾਇਆ ਹੋਇਆ ਜੰਗਲਾ ਜਿਹਾ, ਇੱਕ ਇਹਨਾਂ ਦੇ ਹੁਣ ਇੱਥੇ ਦੁਰਗਾ ਪੂਜਾ ਉਹ ਹੋਣ ਲੱਗੀ ਸਟਾਰਟ, ਅਤੇ ਹਰੇਕ ਗਲੀ ਵਿੱਚ ਇਹਨਾਂ ਨੇ ਡੈਕੋਰੇਸ਼ਨ ਕੀਤੀ, ਲੜੀਆਂ ਲਾਈਆਂ ਹੋਈਆਂ ਨੇ, ਅਤੇ ਬਹੁਤ ਵਧੀਆ ਮਤਲਬ ਕਿ ਡੈਕੋਰੇਸ਼ਨ ਕਰ ਰਹੇ ਇਹ। ਅਤੇ ਬਾਕੀ ਇੱਥੇ ਬੈਗ ਬੂਗ ਬਹੁਤ ਆਪਣਾ ਧਿਆਨ ਨਾਲ ਰੱਖਣਾ ਪੈਂਦਾ। ਆਹ ਓਲਡ ਸਟਾਈਲ ਟੀ ਹਾਊਸ, ਇਟਸ ਲੁੱਕ ਵੈਰੀ ਬਿਊਟੀਫੁਲ। ਰਿਕਸ਼ਾ ਦੇਖੋ ਕਿੱਦਾਂ ਦੇ ਆ, ਸੋ ਬਿਊਟੀਫੁਲ ਰਿਕਸ਼ਾਸ। ਇੱਕ ਹੋਰ ਚੀਜ਼ ਇਹਨਾਂ ਨੇ ਬਹੁਤ ਵਧੀਆ ਇੱਥੇ ਦੇਖੀ ਮੈਂ, ਗਰੀਨਰੀ ਬਹੁਤ ਇਹ ਇੱਥੇ, ਗਰੀਨਰੀ ਨੂੰ ਬਹੁਤ ਪਸੰਦ ਕਰਦੇ ਇਹ, ਪੇੜ ਪੌਦੇ ਬਹੁਤ ਲਾਏ ਹੋਏ ਇਹਨਾਂ ਨੇ। ਦੇ ਪਲਾਂਟੇਸ਼ ਟੂ ਮੱਚ ਪਲਾਂਟੇਸ਼ਨ, ਲਵ ਕਾਲ ਬੰਗਾਲੀ ਪੀਪਲ ਲਵ ਪਲਾਂਟੇਸ਼ਨ ਟ੍ਰੀਜ਼, ਕਿ ਲਾਏ ਹੋਏ ਬਹੁਤ ਵਧੀਆ ਲਾਏ ਹੋਏ ਹਰ ਇੱਕ ਜਗ੍ਹਾ ਵਿੱਚ, ਹਰ ਇੱਕ ਸਟੀਟ ਵਿੱਚ ਹੈਗੀ ਹੈ ਗਰੀਨਰੀ। ਹਿਊਮਿਡਿਟੀ ਇੰਨੀ ਕੁ ਜ਼ਿਆਦਾ ਨਾ ਪੁੱਛੋ ਨਾ, ਬਸ ਇੰਨੀ ਗਰਮੀ ਆ ਪਸੀਨੇ ਹੀ ਆਈ ਜਾਂਦਾ ਆ। ਅਤੇ ਜਿਹੜਾ ਪੰਜਾਬ ਦਾ ਵੈਦਰ ਆ ਉਹ ਘੈਂਟ ਆ ਸਾਰਿਆਂ ਨਾਲੋਂ, ਮੇਰੇ ਹਿਸਾਬ ਨਾਲ ਉਹ ਵਧੀਆ ਵੈਦਰ ਆ ਪੰਜਾਬ, ਨੌਰਥ ਇੰਡੀਆ, ਹਰਿਆਣਾ, ਦਿੱਲੀ, ਪੰਜਾਬ, ਉਹ ਸਾਰਾ ਵੈਦਰ ਘੈਂਟ ਆ ਉਹ। ਇੱਥੋਂ ਦਾ ਵੈਦਰ ਨਹੀਂ ਮੈਨੂੰ ਇੰਨਾ ਜ਼ਿਆਦਾ ਵਧੀਆ ਲੱਗਿਆ ਹੈਗਾ, ਸ਼ਾਇਦ ਮੇ ਬੀ ਪੁਰਤਗਾਲ ਦਾ ਵੀ ਐਵੇਂ ਦਾ ਹੀ ਹੋਊਗਾ ਵੈਦਰ, ਉੱਥੇ ਵੀ ਗਰਮੀ ਬਹੁਤ ਆ, ਕੇਲੇ ਦਾ ਪੇੜ ਲੱਗਿਆ ਹੋਇਆ। ਤੁਰੇ ਹੀ ਚੱਲਦਾ ਬਸ ਮੈਂ, ਪਤਾ ਨਹੀਂ ਅੱਗੇ ਜਾ ਕੇ ਹੁਣ ਕੀ ਆਊਗਾ। ਅਤੇ ਅੱਗਿਓਂ ਆਪਾਂ ਚੱਲਦੇ ਹਾਂ ਬਾਹਰ ਮੇਨ ਰੋਡ 'ਤੇ, ਇੱਕ
ਇੱਥੋਂ ਮੇਨ ਰੋਡ ਆ ਜਾਣੀ ਅੱਗੇ ਮੈਨੂੰ ਲੱਗਦਾ ਘੁੰਮ ਕੇ ਦੇਖਦੇ ਹਾਂ। ਇੱਕ ਬੈਟਰੀ ਦੀ ਪ੍ਰੋਬਲਮ ਬੜੀ ਆ, ਹੋਰ ਲੰਘ ਗਈ ਪੀਲੀ ਟਾਈਮ ਬਾਂਹ ਦੁਖਣ ਲੱਗ ਗਈ, ਮੈਂ ਕਿਹਾ ਚੱਲ ਚੇਂਜ ਕਰੀਏ। ਬੈਟਰੀ ਪ੍ਰੋਬਲਮ ਬਹੁਤ ਹੈ, ਹਰ ਵਕਤ ਫੋਨ ਨੂੰ ਚਾਰਜ 'ਤੇ ਲਾ ਕੇ ਰੱਖਣਾ ਪੈਂਦਾ ਹੈ। ਇੱਧਰ ਚੱਲਦੇ ਹਾਂ, ਇਹਨੂੰ ਪੁੱਛਦੇ ਹਾਂ ਉਹ ਵਟ ਇਜ਼ ਦਿਸ ਹੇਅਰ ਇਨ ਦਿਸ ਸਟ੍ਰੀਟ ਮੇਨ ਸਟ੍ਰੀਟ ਫਰੋਮ ਹੇਅਰ ਨੋਟ ਫਰੋਮ ਹੇਅਰ ਆਲਸੋ ਥੈਂਕ ਯੂ। ਚਲੋ ਉਹ ਕਹਿੰਦਾ ਵੀ ਐਂ ਨੂੰ ਮੁੜ ਜਾਓ, ਬੋਲਿਆ ਤਾਂ ਉਹ ਆਪਣੀ ਲੈਂਗੁਏਜ ਵਿੱਚ ਪਰ ਸਮਝ ਇਹੀ ਲੱਗੀ ਵੀ ਕਹਿੰਦਾ ਐਂ ਨੂੰ ਮੁੜ ਜਾਓ ਅਤੇ ਇੱਧਰ ਮੇਨ ਸਟ੍ਰੀਟ ਹੈਗੀ ਆ, ਮੇਨ ਸਟ੍ਰੀਟ ਦੇਖਦੇ ਹਾਂ ਜਾ ਕੇ ਬਾਹਰ। ਅਤੇ ਆਹ ਦੇਖੋ ਐਵੇਂ ਇਹਨਾਂ ਨੇ ਹਰੇਕ ਜਗ੍ਹਾ ਛੋਟੇ ਛੋਟੇ ਪੰਡਾਲ ਬਣਾਏ ਹੋਏ ਨੇ ਅਤੇ ਦੁਰਗਾ ਪੂਜਾ ਇਹਨਾਂ ਦੀ 2 ਤਰੀਕ ਤੋਂ ਸਟਾਰਟ ਆ। ਕਹਿੰਦੇ ਆ ਵਰਲਡ ਦਾ ਵਰਲਡ ਬਿਗੈਸਟ ਸੈਲ ਫੈਸਟੀਵਲ ਹੈਗਾ ਇਹਨਾਂ ਦਾ, ਇਹ ਮਤਲਬ ਕਿ ਹੁਣੀ ਡਿਕਲੇਅਰ ਕੀਤਾ ਇਹਨਾਂ ਨੇ ਵਰਲਡ ਬਿਗੈਸਟ ਫੈਸਟੀਵਲ। ਹੁਣ ਥੋੜ੍ਹਾ ਜਿਹਾ ਸੌਖਾ ਮੈਨੂੰ ਲੱਗਦਾ ਹੁਣ ਸੌਖਾ ਆ ਉਹ ਐਵੇਂ ਕਰਕੇ ਬੈਗ ਐਵੇਂ ਇੱਥੇ ਮੋਸਟਲੀ ਐਵੇਂ ਟੰਗਦੇ ਬੈਗ ਲੋਕ ਕਿਉਂਕਿ ਪਿੱਛੇ ਚੋਰੀ ਦਾ ਬਹੁਤ ਡਰ ਹੁੰਦਾ ਨਾ ਇੱਥੇ, ਤਗੜੇ ਤਗੜੇ ਐਕਸਪਰਟ ਚੋਰ ਨੇ ਕਹਿੰਦੇ ਇੱਥੇ, ਅਤੇ ਐਵੇਂ ਟੰਗਣਾ ਪੈਂਦਾ ਬੈਗ ਜਾਂ ਤੁਹਾਡੇ ਬੈਗ 'ਚ ਪਤਾ ਨਹੀਂ ਕਿਵੇਂ ਚੋਰੀ ਕਰ ਲੈਂਦੇ ਕਿਹੜੇ ਹਿਸਾਬ ਨਾਲ। ਅਤੇ ਹੁਣ ਮੇਰਾ ਥੋੜ੍ਹਾ ਇੱਦਾਂ ਮੈਂ ਇਹਦੇ ਵਿੱਚ ਚਾਰਜਰ ਜਿਹਾ ਪਾ ਲਿਆ, ਬੈਟਰੀ ਬੈਂਕ ਥੋੜ੍ਹਾ ਈਜ਼ੀ ਜਿਹਾ ਆ। ਅਤੇ ਆਹ ਦੇਖੋ ਲੇਕ, ਜੇ ਕਿਤੇ ਇਹ ਜਰਮਨ ਹੁੰਦਾ ਤਾਂ ਜਰਮਨ 'ਚ ਕਿੰਨਾ ਸਾਫ਼ ਸੁਥਰਾ ਆਉਣਾ ਸੀਗਾ, ਕਿੰਨਾ ਸੋ ਮੱਚ ਡਰਟੀ ਲਾਈਕ ਵੀ ਕੈਨ ਸੇ ਗਵਰਮੈਂਟਸ ਨੋ ਕੇਅਰ ਐਂਡ ਟੂ ਮੱਚ ਡਰਟੀ। ਉਹ ਸਾਹਮਣੇ ਮਸਜਿਦ ਆ, ਇੱਥੇ ਨਾਰੀਅਲ ਦੇ ਪੇੜ ਬਹੁਤ ਨੇ, ਨਾਰੀਅਲ ਕੋਕੋਨਟ ਟ੍ਰੀਸ ਹੈਵ ਟੂ ਮੱਚ। ਹੈਲੋ ਸਲਾਮ ਵਾਲੇਕੁਮ, ਪਤਾ ਨਹੀਂ ਮੁਸਲਮਾਨ ਸੀ ਕਿ ਹਿੰਦੂ ਸੀ, ਮੈਨੂੰ ਲੱਗਦਾ ਮੁਸਲਮਾਨ ਹੀ ਨੇ ਆਹ ਏਰੀਏ 'ਚ ਜ਼ਿਆਦਾ, ਤਾਂ ਕਰਕੇ ਆਪਾਂ ਨੂੰ ਕਹਿਤਾ ਫਿਰ ਬੰਦਾ ਖੁਸ਼ ਹੋ ਜਾਂਦਾ ਉਹ ਤਾਂ ਕੀ ਆ। ਆਹ ਦੇਖੋ ਇੱਧਰ ਵੀ ਲੜੀਆਂ ਇਹਨਾਂ ਨੇ ਲਾਈਆਂ ਹੋਈਆਂ, ਰਾਤ ਨੂੰ ਜਗਾਉਣਗੇ, ਦੁਰਗਾ ਪੂਜਾ ਚੱਲੂਗੀ ਇੱਥੇ ਪੂਰਾ, ਇੱਥੇ ਵੀ ਸਾਰੀਆਂ ਲੜੀਆਂ ਨਾਲ ਸਜਾਇਆ ਹੋਇਆ ਉੱਥੇ ਘਰ। ਰਿਕਸ਼ੇ 'ਤੇ ਬਹਿ ਕੇ ਆ ਰਹੀਆਂ ਸਵਾਰੀਆਂ ਅਤੇ ਲੋਕ ਬੜਾ ਗੌਰ ਨਾਲ ਦੇਖਦੇ ਨੇ ਵੀ ਪਤਾ ਨਹੀਂ ਬੰਦਾ ਕਿੱਥੋਂ ਆ ਗਿਆ। ਉਹ ਐਨਕ ਪਤਾ ਨਹੀਂ ਕਿੱਥੇ ਗਈ ਮੇਰੀ, ਘਰ ਹੀ ਭੁੱਲ ਗਿਆ ਮੈਨੂੰ ਲੱਗਦਾ ਮੈਂ। ਚਲੋ ਉੱਤੇ ਹੋਣੀ ਆ ਟੇਬਲ ਦੇ ਪਈ ਉੱਤੇ, ਬੜੀ ਵੱਡੀ ਸਟ੍ਰੀਟ ਆ, ਮੇਨ ਰੋਡ ਹੀ ਨਹੀਂ ਆਈ ਹੈਗੀ ਹਜੇ ਤੱਕ। ਮੋਸਟਲੀ ਇਹਨਾਂ ਦਾ ਸੇਮ ਸਟਾਈਲ ਆ ਬਿਲਡਿੰਗ, ਆ ਸਾਹਮਣੇ ਵੀ ਸੇਮ ਸਟਾਈਲ ਹੀ ਆ। ਆ ਗਏ ਕੈਬ,
ਬਾਕੀ ਹੁਣ ਮੇਨ ਰੋਡ 'ਤੇ ਜਾ ਕੇ ਬਾਹਰ ਨਿਕਲ ਕੇ ਫਿਰ ਦੁਬਾਰਾ ਸਟਾਰਟ ਕਰਦੇ ਵੀਡੀਓ। ਹਾਂਜੀ ਹੁਣ ਤੁਰਦੇ ਤੁਰਦੇ ਆ ਰਹੇ ਹਾਂ ਗਲੀਆਂ ਦੇ ਵਿੱਚੋਂ ਅਤੇ ਹੁਣ ਪਹੁੰਚ ਗਿਆ ਮੇਨ ਸਟਰੀਟ 'ਤੇ ਅਤੇ ਅੱਗੇ ਦੇਖਦੇ ਹਾਂ ਅੱਗੇ ਹੁਣ ਕੀ ਮਿਲਦਾ ਮੇਨ ਸਟਰੀਟ ਵਿੱਚ। ਪਤਾ ਨਹੀਂ ਕੀ ਬੋਲੀ ਜਾਂਦੇ ਆਪਣੀ ਭਾਸ਼ਾ ਵਿੱਚ, ਫੈਸਟੀਵਲ ਆ ਇਹਨਾਂ ਦਾ ਉਹਦੇ ਕਰਕੇ ਮੈਨੂੰ ਲੱਗਦਾ ਕਰਾਊਡ ਹੋਊਗਾ ਬਾਹਰ ਪੁਲਿਸ ਵਾਲੇ ਚਿੱਟੀ ਯੂਨੀਫਾਰਮ ਦੇ ਵਿੱਚ। ਦੇਖਦੇ ਹਾਂ ਬਾਹਰ ਵਾਹਵਾ ਹੀ ਪੁਲਿਸ ਖੜ੍ਹੀ ਆ ਅਤੇ ਇੱਥੇ ਕਰਾਊਡ ਹੀ ਬੜਾ ਆ ਅਤੇ ਇੱਧਰ ਨਹੀਂ ਜਾਣਾ ਇੱਧਰ ਜਾਣਾ, ਕਰਾਊਡ ਬੜਾ ਇੱਧਰ ਪੂਰਾ ਲਾਈਟਾਂ ਨਾਲ ਸਜਾਇਆ ਹੋਇਆ ਮੇਨ ਰੋਡ ਕਲਕੱਤੇ ਦੀ। ਕਰ ਲਈਏ ਕ੍ਰੋਸ ਕੇ ਨਾ ਕਰੀਏ, ਕਰ ਹੀ ਲੈਂਦੇ ਹਾਂ ਕ੍ਰੋਸ, ਦੇਖੀ ਜਾਊਗੀ ਮੇਨ ਰੋਡ। ਇਹ ਪੁਲਿਸ ਵਾਲਾ ਖੜ੍ਹਾ ਆ, ਕੋਈ ਚੱਕਰ ਨਹੀਂ ਹੈਗਾ, ਕਰ ਲਈ ਕ੍ਰੋਸ ਪਰ ਰੋਡ। ਮੈਂ ਉੱਦਾਂ ਵੈਸੇ ਆਇਆ ਸੀ ਇੱਥੇ ਦਿਨੇ, ਮੈਂ ਆਇਆ ਸੀ ਆਹ ਰੋਡ 'ਤੇ, ਬਟ ਉਦੋਂ ਲਾਈਟਾਂ ਲੁਈਟਾਂ ਨਹੀਂ ਸੀ ਚੱਲ ਰਹੀਆਂ ਜੀ। ਫੈਸਟੀਵਲ ਤਾਂ ਚਲੋ ਮੰਨ ਲਿਆ ਹੈਗਾ ਆ, ਬਟ ਮੈਨੂੰ ਇਹ ਨਹੀਂ ਸਮਝ ਲੱਗੀ ਕਿ ਇੰਨੀ ਮਸ਼ਹੂਰੀ ਕਿਉਂ ਕੀਤੀ ਹੋਈ ਇਹਨਾਂ ਨੇ, ਬੋਰਡਸ ਵਗੈਰਾ ਜਿਹੜੇ ਲੱਗੇ ਹੋਏ ਨੇ ਇਹ ਕਾਹਤੋਂ ਲਾਏ ਹੋਏ ਨੇ। ਕਾਫੀ ਦੂਰ ਆ ਗਿਆ ਮੈਂ ਅਤੇ ਗਲੀਆਂ ਦੇ ਵਿੱਚ ਹੁੰਦਾ ਅੰਦਰ, ਸਖਤਾਈ ਬਹੁਤ ਆ ਪੁਲਿਸ ਜਗ੍ਹਾ ਜਗ੍ਹਾ ਇੱਥੇ ਬਿਕੋਜ਼ ਆਫ ਦੁਰਗਾ ਪੂਜਾ ਫੈਸਟੀਵਲ, ਦੈਟਸ ਵਾਈ। ਲਾਈਟਿੰਗਸ ਬਹੁਤ ਕੀਤੀਆਂ ਹੋਈਆਂ, ਲਾਈਟਿੰਗਸ ਲਾਈਟਿੰਗ ਇਜ਼ ਟੂ ਮੱਚ ਇਜ਼ ਡੈਕੋਰੇਟਿਡ ਲਾਈਕ ਐਵਰੀ ਸਟੀਟ ਐਂਡ ਐਵਰੀ ਕੋਰਨਰ ਐਂਡ ਸਟੀਟ ਦੇ ਡੈਕੋਰੇਟਿਡ। ਇੱਥੇ ਹਿੰਦੂਆਂ ਦੀ ਵੀ ਪਾਪੂਲੇਸ਼ਨ ਬਹੁਤ ਆ, ਬਟ ਮੁਸਲਮਾਨਾਂ ਦੀ ਵੀ ਉਨੀ ਹੈ ਪਾਪੂਲੇਸ਼ਨ। ਗਰਮੀ ਬਹੁਤ ਜ਼ਿਆਦਾ, ਖਾਸ ਮੈਨੂੰ ਤਾਂ ਕੁਛ ਖਾਸ ਲੱਗਿਆ ਨਹੀਂ ਇੱਥੇ, ਕੁਝ ਦੇਖਣ ਦੇ ਲਈ ਕੀ ਦੇਖ ਸਕਦੇ ਹਾਂ ਇੱਥੇ, ਕੁਛ ਵੀ ਨਹੀਂ। ਇੱਥੇ ਉਹੀ ਇੱਕ ਦੇਖਣ ਨੂੰ ਆ, ਵਿਕਟੋਰੀਆ ਹਾਲ ਆ, ਵਿਕਟੋਰੀਆ ਮੈਮੋਰੀਅਲ ਪੈਲਸ ਆ, ਅਤੇ ਇੱਕ ਈਕੋ ਪਾਰਕ ਇਹਨਾਂ ਦਾ, ਅਤੇ ਹੋਰ ਇੱਥੇ ਕੀ ਆ ਇੱਕ ਹੋਰ ਆ ਪਾਰਕ, ਬੋਲਣ ਨੂੰ ਪਤਾ ਨਹੀਂ ਉਹਦਾ ਕੀ ਨਾਂ ਸੀਗਾ, ਉਹ ਵੀ ਹੈਗਾ ਪਾਰਕ ਦੇਖਣ ਵਾਲਾ। ਬਾਕੀ ਲੇਕ ਲੂਕ ਹੈਗੀਆਂ ਨੇ ਇਹਨਾਂ ਦੀਆਂ ਦੇਖਣ ਵਾਲੀਆਂ, ਕੈਮਰਾ ਨਹੀਂ ਹੈਗਾ ਅਤੇ ਬੜਾ ਬੜਾ ਅਜੀਬੋ ਗਰੀਬ ਜਿਹਾ ਲੱਗ ਰਿਹਾ, ਫੋਨ ਦੇ ਨਾਲ ਵੀਡੀਓ ਬਣਾ ਰਹੇ ਨਾ ਤਾਂ ਕਰਕੇ। ਇਹਦੇ ਵਿੱਚ ਬੱਸਾਂ ਦਾ ਪਤਾ ਕੀ ਸਿਸਟਮ ਹੈ ਇੱਥੇ, ਆਹ ਦੇਖੋ ਪਹਿਲਾਂ ਤਾਂ ਆਹ ਡੈਕੋਰੇਸ਼ਨ ਕੀਤਾ ਇਹਨਾਂ ਨੇ ਮੰਦਰ ਕਿੰਨਾ ਸੋਹਣਾ। ਇੱਥੇ ਬੜਾ ਭਰਿਆ ਹੀ ਹੁੰਦਾ ਬੱਸਾਂ ਨਾ, ਮਤਲਬ ਕਿ ਖਚਾ ਖਚ ਬਹੁਤ ਜ਼ਿਆਦਾ ਹੈਲੋ
ਬਹੁਤ ਜ਼ਿਆਦਾ ਭਰੀਆਂ ਹੁੰਦੀਆਂ ਨੇ ਬੱਸਾਂ। ਜਿੱਦਣ ਮੈਂ ਆਇਆ ਸੀ ਉੱਦਣ ਤਾਂ ਬਹੁਤ ਮਾੜਾ ਹਾਲ ਸੀਗਾ, ਮਤਲਬ ਕਿ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ। ਮੈਟਰੋ ਦੇ ਵਿੱਚ ਉਸ ਤੋਂ ਬੁਰਾ ਹਾਲ ਆ, ਧੱਕਾ ਹੀ ਪੈਂਦਾ ਪੂਰਾ। ਪਰ ਉੱਥੇ ਵੀਡੀਓ ਬਣਾ ਨਹੀਂ ਸਕਦੇ ਹੈਗੇ, ਤਾਂ ਕਰਕੇ ਮੈਂ ਬਣਾਈ ਨਹੀਂ ਹੈਗੀ, ਉਹ ਸਕਿਉਰਿਟੀ ਰੀਜ਼ਨ ਕਰਕੇ ਉਹਦੇ ਬੋਲਣ ਲੱਗ ਜਾਂਦੇ ਨੇ ਤਾਂ ਕਰਕੇ। ਗੋਗੋ ਇਹ ਵੀ ਨਾ ਖੇ, ਬੰਗਾਲੀ ਗੋਗੋ, ਲਾਮਾ ਜੀ ਗੋਗੋ ਇਹ ਵੀ ਆ ਰਹੀ ਬੰਗਾਲੀ। ਆਹ ਦੇਖੋ ਦੁਰਗਾ ਮਾਤਾ ਦਾ ਸਟੈਚੂ, ਮੂਰਤੀ, ਸ਼ੇਰ ਜੇ ਬੈਠਾ ਹੈ। ਬਣਾਉਂਦੇ ਤਾਂ ਮਿੱਟੀ ਦਾ, ਇਹ ਵਧੀਆ ਬਣਾਇਆ ਹੋਇਆ ਹੈ ਨਾ। ਔਰ ਫੋਟੋ ਲੈ ਲੈਂਦੇ ਇੱਕ, ਅਤੇ ਸਾਰੇ ਪਾਸੇ ਬੋਰਡ ਆਹ ਇੱਦਾਂ ਸਪੈਸ਼ਲ ਇਹ ਲਾਉਂਦੇ ਨੇ। ਇਹ ਮੈਨੂੰ ਲੱਗਦਾ ਲੋਕਾਂ ਦੇ ਲਈ, ਇੱਥੇ ਵਾਕ ਕਰਨ ਦੇ ਲਈ, ਇੱਥੋਂ ਨਿਕਲੂਗੀ ਗੱਡੀਆਂ, ਇੱਥੇ ਉਹ ਵਾਕ ਵੂਕ ਕਰਨਗੇ ਜਾਣਗੇ, ਅਤੇ ਕਾਫੀ ਜ਼ੋਰਾਂ ਸ਼ੋਰਾਂ ਨਾਲ ਤਿਆਰੀ ਕਰੇ। ਹੈਲੋ, ਅਤੇ ਹੋਰ ਅੱਗੇ ਚੱਲਦੇ ਹਾਂ, ਅੱਗੇ ਦੇਖਦੇ ਹਾਂ ਕੀ ਆ। ਸਟਰੀਟ ਦੇ ਅੰਦਰ ਹੀ, ਇਹਦੇ ਅੰਦਰ ਹੀ ਚੱਲਦੇ ਹਾਂ ਅੱਗੇ। ਪਤਾ ਨਹੀਂ ਰਾਹ ਹੈਗਾ ਕਿ ਨਹੀਂ, ਲੜ ਤਾਂ ਗਿਆ ਜੀ। ਲੋਕ ਬਹੁਤ ਦੇਖਦੇ ਆ, ਜੋ ਬੰਦਾ ਵੀਡੀਓ ਬਣਾਉਂਦਾ ਨਾ ਦੇਖਦੇ ਬੜਾ ਆ। ਚਲੋ ਤੁਰੇ ਚੱਲਦੇ ਹਾਂ, ਬਾਕੀ ਅੱਗੇ ਜਾ ਕੇ ਰਾਹ ਨਿਕਲ ਆਊਗਾ। ਮਸ਼ਹੂਰੀਆਂ ਹੀ ਮਸ਼ਹੂਰੀਆਂ ਲਾਈਆਂ ਐਡਵਰਟਾਈਜ਼ਮੈਂਟ, ਜਗ੍ਹਾ 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 ਹੋਲਡਿੰਗ ਬੋਰਡਸ, ਐਵਰੀਵੇਅਰ ਹੋਲਡਿੰਗ ਬੋਰਡਸ। ਆਲਸੋ ਫੈਸਟੀਵਲ ਦੇ ਆਰ ਡੂਇੰਗ ਟੂ ਮਚ, ਆਲਸੋ ਡੂਇੰਗ ਐਡਵਰਟਾਈਜ਼ਮੈਂਟ ਐਂਡ ਪੀਪਲ ਆਰ ਸਲੀਪਿੰਗ ਹੇਅਰ, ਹੂ ਇਜ਼ ਵਰਕਿੰਗ, ਆਈ ਥਿੰਕ ਲੇਬਰ ਸਲੀਪਿੰਗ ਹੇਅਰ, ਯਾ। So we cannot see the buildings because of the cover with holding boards. ਉਹਦੇ ਨਾਲ ਉਹਨਾਂ ਨੇ ਕਵਰ ਕਰ ਲਿਆ ਹੋਲਡਿੰਗ ਬੋਰਡਸ ਨੇ, ਇਸ ਕਰਕੇ ਦੇਖ ਨਹੀਂ ਸਕਦੇ ਹੈਗੇ। ਸੋ ਇੱਥੋਂ ਮੈਂ ਟਰਾਈ ਕਰਦਾ ਜਾਣ ਦੀ, ਪਿੱਛੇ ਮੇਰੇ ਟ੍ਰੈਫਿਕ ਆ ਰਿਹਾ ਅਤੇ ਮੇ ਵੀ ਵੋਇਸ ਪ੍ਰੋਬਲਮ ਹੋ ਸਕਦੀ ਹੈ, ਤੁਹਾਨੂੰ ਮੇਰੀ ਵੋਇਸ ਨਾ ਸੁਣੇ। ਟ੍ਰੈਫਿਕ ਬਹੁਤ ਜ਼ਿਆਦਾ ਆ ਰਿਹਾ ਹੈ ਤਾਂ ਕਰਕੇ। ਵੈਲਕਮ ਟੂ ਈਸਟ ਕੋਲਕਾਤਾ ਟਾਊਨਸ਼ਿਪ, ਓਕੇ। ਇਹਦਾ ਹੈਗਾ ਈਸਟ ਕੋਲਕਾਤਾ ਟਾਊਨਸ਼ਿਪ, ਮੇ ਬੀ ਆਈ ਥਿੰਕ ਦਿਸ ਇਜ਼ ਮਾਈ ਲਾਸਟ ਟ੍ਰਿਪ ਇਨ ਕੋਲਕਾਤਾ ਐਂਡ I will be not come again because of weather reason, but people are nice from here, nice Bengali people are very nice, and yesterday I went there, Victoria Palace, Victoria Memorial Palace, utthe gaya si, oh bhi nice siga, neat and clean siga, bahut zyada badhiya siga,
ਅਤੇ ਹੁਣ ਜਿੱਥੇ ਮੈਂ ਰੁਕਿਆ ਹਾਂ ਉਹ ਵੀ ਓਨਰਸ ਨੇ ਜਿਹੜੇ ਨੇ ਹੋਮ ਸਟੇਅ ਦੇ ਵਿੱਚ ਨਾਈਸ ਨੇ, ਉਹ ਵਧੀਆ ਨੇ, ਮੈਨੂੰ ਤਾਂ ਵਧੀਆ ਲੱਗੇ ਉਹ। ਬਾਕੀ ਦੇਖਦੇ ਹਾਂ, ਉਹਨਾਂ ਨਾਈਸ ਓਨਰ ਬੜੇ ਨਾਈਸ ਨੇ, ਬੜੀ ਖਾਤਰਦਾਰੀ ਕੀਤੀ ਮੇਰੀ ਉਹਨਾਂ ਨੇ। ਉੱਥੇ ਪੇੜ ਆ ਗਿਆ, ਥੋੜ੍ਹਾ ਜਿਹਾ ਠੰਡ ਵੀ ਮਹਿਸੂਸ ਹੋ ਰਹੀ ਹੈ। ਮੈਨੂੰ ਹਜੇ ਆਈ ਐਮ ਸਟਿਲ ਲਰਨਿੰਗ ਹਾਊ ਟੂ ਮੇਕ ਗੁੱਡ ਵਲੌਗਸ, ਸੋ ਆਈ ਡੋਂਟ ਨੋ ਹਾਊ ਆਈ ਕੈਨ ਮੇਕ ਗੁੱਡ ਵਲੌਗਸ ਜਾਂ ਸੋ ਇਟਸ ਬੈਟਰ ਲਰਨਿੰਗ ਡੇ ਬਾਏ ਡੇ ਆਈ ਵਿਲ ਬੀ ਬੈਟਰ, ਦੈਟਸ ਨੋ ਪ੍ਰੋਬਲਮ।